जी अस्सलाम वालेकुम मैं आपका होस्ट मॉस्त्यब अली आपकी खिदमत में एक और वीडियो के साथ हाज़िर हूँ जी आज हम मौजूद हैं उस्ताद लियाकत पलवान बाजवा के अखाड़े पर और अदनान पलवान टैरा वाला इधर ज़ोर करते हैं और इनका आज इंटरव्यू करने हैं और पलवान जी से पूछते हैं कि किस तरह से ये पलवानी में इन हुए और कितने साल की उम्र में ये इस पलवानी में आए और पाकिस्तान के ये कुश्ती गिर पलवान है और बड़े बड़े जो उस्तादों के उस्ताद हैं उस्ताद भगू पलवान बिजली वो भी कहते हैं कि मेरे जो पसंद का पलवान है वो अदनान पलवान है और दूसरे जो पलवान हैं अमूमन कुश्ती जब लंबी हो जाए तो थक जाते हैं लेकिन ये वायद पलवान है इनकी मैंने कुश्ती देखी है तो ये जितना टाइम गुजरता जाता है कुश्ती इनकी तेज़ होती जाती है और जो कि बहुत ही एक ख़तरनाक चीज़ है इनके मुखालफ के लिए बहुत ही खूबसूरत तरीके से कुश्ती लड़ते हैं और इनसे पूछते हैं कि कितनी मेहनत करते हैं और कैसे ये इस तरह की कुश्ती लड़ते हैं बिसमिल्ला रहमान रहीम मेरा नाम दनान पहलवान टहराला शेर पंजाब सतारा पाकिस्तान थे फखरे पंजाब भी ਤੇ ਨੈਸ਼ਨਲ ਚੈਂਪੀਅਨ ਵੀ ਤੇ ਰੁਸਤਮ ਮਿੰਡੋ ਪਾਕ ਵੀ ਤੇ ਅੱਲਾ ਦਾ ਲੱਖ ਲੱਖ ਸ਼ੁਕਰ ਹੈ ਮੈਂ ਆਪਣੇ ਉਸਤਾਦ ਲਿਆਕਤ ਪਹਿਲਵਾਨ ਬਾਜਵਾ ਸਾਹਿਬ ਦੇ ਕੋਲ 7 ਤੋਂ 8 ਸਾਲ ਦਾ ਹੋਵਾਂਗਾ ਕਿਦੋਂ ਭਾਈ ਮੈਂ ਆਨ ਕੇ ਇੱਧਰ ਵੇਖ ਕੇ ਟੁਰ ਜਾਣਾ ਸਾਂ ਤੇ ਆਪਣੇ ਉਸਤਾਦ ਨਾਲ ਨੂੰ ਉਦੋਂ ਮੇਰੇ ਇੱਕ ਵਕ ਵੀ ਨਹੀਂ ਸਨ ਹੈ ਉਸਤਾਦ ਰਹੀ ਤੇ ਮਾਸ਼ਾਅੱਲਾ ਇੰਨੀ ਮੈਂ ਕਹਿੰਦਾ ਮੇਰੀ ਔਕਾਤ ਨਹੀਂ ਸੀ ਹੈ ਨਾ ਮੇਰਾ ਕੋਈ ਦਾਦਾ ਭਵਾਨ ਨਾ ਕੋਈ ਮੇਰਾ ਵਾਲਾ ਸਾਹਿਬ ਭਵਾਨ ਤੇ ਮੇਰੇ ਉਸਤਾਦ ਨੇ ਮੇਰੇ ਤੇ ਬੜੀ ਦਿਨ ਰਾਤ ਇੱਕ ਮਿਹਨਤ ਕੀਤੀ ਏ ਮੇਰੇ ਉਸਤਾਦ ਮਾਸ਼ਾਅੱਲਾ ਕਿਰਾ ਖੁਆਬ ਸੀ ਮੈਂ ਆਪਣੇ ਉਸਤਾਦ ਦਾ ਪੂਰਾ ਕੀਤਾ ਵੇ ਤੇ ਅੱਜ ਮੈਨੂੰ ਮੇਰੇ ਉਸਤਾਦ ਦੀ ਬੜੀ ਕਮੀ ਮਹਿਸੂਸ ਹੁੰਦੀ ਏ ਭਈ ਮੇਰੇ ਉਸਤਾਦ ਦਾ ਸਾਆ ਮੇਰੇ ਸਿਰ ਤੇ ਨਹੀਂ ਆਇਆ ਤੇ ਮੇਰੇ ਨਾਲ ਇੱਕ ਮੇਰੇ ਬਾਪ ਆੜ ਮੇਰੇ ਉਸਤਾਦ ਦਾ ਪਿਆਰ ਸੀ ਤੇ ਮੈਂ ਕਦੋਂ ਵੀ ਕੋਈ ਕੁਸ਼ਤੀ ਲੜਨ ਜਾਣਾ ਵਾਂ ਮੈਂ ਆਪਣੇ ਉਸਤਾਦ ਨਾਲ ਮਿਲ ਕੇ ਜਾਣਾ ਵਾਂ ਤੇ ਮੇਰੇ ਉਸਤਾਦ ਅਰੀਕੋ ਵੀ ਮੈਂ ਕੁਸ਼ਤੀ ਕੋਲ ਨਾ ਸਾ ਕਿਦੋਂ ਕੋਈ ਫਤਾ ਹੁੰਦੀ ਸੀ ਉਸਤਾਦ ਨਾਲ ਦੀ ਕਰੀ ਕਮੀ ਹੈ ਨਾ ਉਹ ਮੈਂ ਆਪਣੀ ਜਬ ਤੱਕ ਮੇਰੀ ਜ਼ਿੰਦਗੀ ਹੈ ਮੈਂ ਆਪਣੇ ਉਸਤਾਦ ਦੀ ਕਮੀ ਨਹੀਂ ਪੂਰੀ ਕੀਤੀ ਭਾਈ ਮੈਨੂੰ ਬਹੁਤ ਕਮੀ ਆਪਣੇ ਉਸਤਾਦ ਦੀ ਹੁੰਦੀ ਏ ਮੈਂ ਤੇ ਖਾੜੇ ਵੀ ਆਨਾ ਵਾਂ ਬਸ ਮੇਰੇ ਉਸਤਾਦ ਦਾ ਇੱਕ ਸ਼ੌਕ ਸੀ ਭਾਈ ਮੇਰਾ ਕਰਾ ਪੁੱਤਰ ਇਹ ਦਨਾਨ ਪਹਿਲਵਨ ਟਹਰਾ ਆਲਾ ਇਹ ਪਾਕਿਸਤਾਨ ਲੈਵਲ ਤੇ ਖੁੱਲੇ ਤੇ ਮਾਸ਼ਾਅੱਲਾ ਮੇਰੇ ਉਸਤਾਦ ਨੇ ਮੈਨੂੰ ਦਿਨ ਰਾਤ ਮਿਹਨਤ ਕਰਾਈਏ ਇਸ ਇਹੀ ਖਾੜੇ ਦੇ ਵਿੱਚ ਇੱਕ ਪਾਸੇ ਮੇਰੇ ਉਸਤਾਦ ਦੀ ਮੰਜੀ ਹੁੰਦੀ ਸੀ ਇੱਕ ਪਾਸੇ ਮੇਰੀ ਹੁੰਦੀ ਸੀ ਮੇਰੇ ਉਸਤਾਦ ਹਰੀ ਸੁਬਾ ਉੱਠ ਕੇ ਜਾਨਾਂ ਵਾਲੇ ਦੇ ਨਾਲ ਮੈਨੂੰ ਠਾੰਦੇ ਸੀ ਨਮਾਨ ਨਮੂਜ਼ ਪਰ ਕੇ ਤੇ ਮੈਂ ਮਾਸ਼ਾਅੱਲਾ 3 ਘੰਟੇ ਸੁਬਾ ਮਿਹਨਤ ਕੀਤੀ ਏ ਤੇ 3 ਘੰਟੇ ਸ਼ਾਮ ਮਿਹਨਤ ਕੀਤੀ ਏ ਮੈਂ ਇੱਕ ਮੇਰੇ ਉਸਤਾਦ ਵੀ ਖਾੜੇ ਜੀ ਰੇ ਆਵੇ ਤੇ ਮੈਂ ਵੀ ਇੱਕ ਖਾੜੇ ਦੇ ਵਿੱਚ ਹੀ ਰੇ ਆਵਾ ਤੇ ਕੋਈ ਯਾਰ ਦੋਸਤ ਨਹੀਂ ਕੋਈ ਭੈਣ ਭਰਾਵਾਂ ਦੇ ਘਰ ਜਾਣਾ ਤੇ ਰਾਮ ਸਕੂਨ ਦੇ ਨਾਲ ਫਿਰ ਖਾੜੇ ਆ ਜਾਣਾ ਆਪਣਾ ਇਸ਼ਕ ਦੇ ਨਾਲ ਮੇਰੇ ਉਸਤਾਦ ਨੇ ਮੈਨੂੰ ਪੁਹਾਨੀ ਕਰਾਈ ਏ ਤੇ ਮੈਂ ਵੀ ਆਪਣੇ ਉਸਤਾਦ ਦੇ ਨਾਲ ਭਾਈ ਉਹਨਾਂ ਨੇ ਆਖਿਆ ਨਾ ਸਵੇਰੇ ਤੇ ਮੈਂ ਕਹਾ ਸਵੇਰੇ ਉਹਨਾਂ ਨੇ ਕਿਹਾ ਨਾ ਸ਼ਾਮ ਮੇਰਾ ਪੁੱਤਰ ਤੇ ਮੈਂ ਕਹਾ ਸ਼ਾਮ ਹੈ ਤੇ ਅੱਜ ਮਾਸ਼ਾਅੱਲਾ ਮੈਂ ਕਿੱਥੇ ਵੀ ਕੋਲਣਾਵਾ ਤੇ ਇਹ ਹੀ ਹੁੰਦਾ ਵੇ ਪਠਾ ਉਸਤਾਦ ਲਿਆਕਤ ਪਹਿਲਵਾਨ ਬਾਜਵਾ ਜੀ ਜੀ ਤੇ ਮੈਂ ਬੜਾ ਅਕਿੰਨ ਲੀਦਾ ਐ ਇਹ ਦੁਆਵਾਂ ਨੇ ਮੇਰੇ ਪਿੰਡ ਵਾਲੇ ਮੰਡਿਆਲੇ ਵਰਾਇਸ਼ ਦੀਆਂ ਇਹ ਭੈਣ ਭਰਾਵਾਂ ਦੀਆਂ ਦੁਆਵਾਂ ਨੇ ਇਸ ਪਿੰਡ ਦੇ ਵਿੱਚੋਂ ਮੈਂ ਉੱਠ ਕੇ ਤੇ ਮਾਸ਼ਾਅੱਲਾ ਇੰਟਰਨੈਸ਼ਨਲ ਵੀ ਖੋਲ੍ਹ ਆਵਾ ਤੇ ਪਾਕਿਸਤਾਨ ਦੇ ਵਿੱਚ ਵੀ ਮੈਂ ਕੋਲਣਾ ਪਿਆਵਾ ਅਕੋ ਮੇਰੇ ਉਸਤਾਦ ਹਰੀ ਇਸ ਦੁਨੀਆ ਤੋਂ ਪਰਦਾ ਫਰਮਾ ਗਏ ਨੇ ਤੇ ਮੈਂ ਤੇ ਅੱਜ ਵੀ ਮੈਂ ਇਹ ਮਹਿਸੂਸ ਕਰਨਾ ਮੇਰਾ ਉਸਤਾਦ ਕਿਰਾ ਮੇਰੇ ਨਾਲ ਹੈ ਜੀ ਜੀ ਅਸੀਂ ਦੁਆ ਕਰਦੇ ਹਾਂ ਅੱਲਾਹ ਪਾਕ ਉਨ੍ਹਾਂ ਦੇ ਦਰਜਾ ਬੁਲੰਦ ਕਰੇ ਜੰਨਤ ਮੇਂ ਆਲਾ ਮਕਾਮ ਦੇ ਆਮੀਨ ਬਤਾਏ ਇੰਟਰਨੈਸ਼ਨਲ ਆਪਨੇ ਕੌਣ ਕੌਣ ਸੇ ਟੂਰ ਕੀ ਮੈਂ ਮਾਸ਼ਾਅੱਲਾ ਪਹਿਲਾ ਕਰਾਇ ਕਿ ਦੋ ਨੈਸ਼ਨਲ ਸਿਲਵਰ ਮੈਡਲ ਹੋ ਜਾਂ 2013 ਦੇ ਵਿੱਚ ਤੇ ਉਸ ਤੋਂ ਬਾਅਦ 2014 ਦੇ ਵਿੱਚ ਮੈਂ ਇੰਡੋਪਾਕ ਕੁਣ ਨਹੀਂ ਦਾ ਇੰਡੀਆ ਗਿਆ ਤੇ ਉੱਥੇ ਜਾ ਕੇ ਮੈਂ ਆਪਣਾ ਪਾਕਿਸਤਾਨ ਦਾ ਝੰਡਾ ਬੁਲੰਦ ਕੀਤਾ ਸੀ ਫਿਰ ਉਦੋਂ ਬਾਅਦ ਮੈਂ ਕਿ ਉੱਥੇ ਗਿਆ ਮਾਂ ਏਸ਼ੀਅਨ ਇਨਡੋਰ ਗੇਮ ਤੇ ਉੱਥੇ ਪਾਕਿਸਤਾਨ ਦੀ ਮੈਂ ਨਿਮੰندگی ਕਰਕੇ ਤੇ ਪਾਕਿਸਤਾਨ ਵਾਸਤੇ ਏਸ਼ੀਆ ਇੰਡੋਰ ਪਾਕ ਦਾ ਭਾਈ ਮੈਂ ਸਿਲਵਰ ਮੈਡਲ ਪਾਕਿਸਤਾਨ ਦੇ ਵਿੱਚ ਲੈ ਕੇ ਆਂਦਾ ਕਿ 27 ਸਾਲ ਬਾਅਦ ਪਾਕਿਸਤਾਨੀ ਹਿਸਟਰੀ ਦੇ ਵਿੱਚ ਆਇਆ ਵੇ ਏਸ਼ੀਅਨ ਗੇਮ ਦਾ ਭਾਈ ਇੰਡੋਰ ਪਾਕ ਦਾ ਮੈਂ ਮੈਡਲ ਜੀ ਆ ਉਦੋਂ ਬਾਅਦ ਮੈਂ ਚైనా ਵੀ ਗਿਆ ਵਾਂ ਫਿਰ ਦੁਬਈ ਵੀ ਗਿਆ ਵਾਂ ਕੀਨੀਆ ਵੀ ਗਿਆ ਵਾਂ ਕਤਰ ਵੀ ਗਿਆ ਕਿੱਥਰ ਵੀ ਗਿਆ ਵਾਂ ਅੱਲਾਹ ਪਾਕ ਨੇ ਮੈਨੂੰ ਨਵਾਦਿਆ ਇਹ ਅੱਲਾਹ ਪਾਕ ਨੇ ਫਤਿਹ ਦਿੱਤੀ ਇਹ ਮੈਨੂੰ ਤੇ ਮੈਂ ਆ ਫਿਰ ਵੀ ਸਾਰਾ ਕਿੰਨਾ ਵੀ ਕੈਰਡ ਇਹ ਕਰਾ ਜਾਂਦਾ ਪਿਆਵੇ ਮੇਰਾ ਇਹ ਸਾਰਾ ਮੈਂ ਆਪਣੇ ਉਸਤਾਦ ਲਿਆਕਤ ਪਹਿਲਵਨ ਭਾਜਾ ਸਾਹਿਬ ਨੂੰ ਦਿਨਾਵਾ ਉਹਨਾਂ ਨੂੰ ਵਾਸਤੇ ਇਹ ਸਭ ਕੋਸ਼ਿਸ਼ ਕੀਤੀ ਅੱਛਾ ਅਭੀ ਆਪ ਜਿਸ ਤਰ੍ਹਾਂ ਪਾਕਿਸਤਾਨ ਕੇ ਬੜੀ ਜੋੜ ਕੇ ਪਹਿਲਵਾਨ ਹੈ ਔਰ ਆਪਕੇ ਉਸਤਾਦ ਨੇ ਵੀ ਦੇਖਿਆ ਜਿਵੇਂ ਆਪ ਛੋਟੇ ਲੈਵਲ ਸੇ ਬੜੀ ਜੋੜ ਪੇ ਆਏ ਤੋ ਉਹਨਕੋ ਕਿਤਨੀ ਖੁਸ਼ੀ ਹੁੰਦੀ ਸੀ ਔਰ ਕਿਤਨਾ ਉਹ ਆਪਸੇ ਸੈਟੀਸਫਾਈ تھے ਮਾਸ਼ਾਅੱਲਾ ਮੇਰੇ ਉਸਤਾਦ ਹਰੀਕਦੋ ਮੈਂ ਮਾਸ਼ਾਅੱੱਲਾ ਉਧਰ ਅਲੀ ਹਾਦਰ ਬੋਨੇ ਵਾਲੇ ਦੇ ਨਾਲ ਕੁੱਲਣਾ ਸ਼ੁਰੂ ਕੀਤਾ ਹੋਵੇ ਤੇ ਮੈਂ ਉਦੋਂ 10000 ਰੁਪਇਆ ਲੈ ਕੇ ਕੋਲਣਾ ਕਰਨਾ ਹਾਂ ਤੇ ਅੱਜ ਮਾਸ਼ਾਅੱਲਾ ਮੈਂ 2.5 ਲੱਖ ਰੁਪਇਆ ਵੀ ਇੱਕ ਕੁਸ਼ਤੀ ਦਾ ਲਿਆ ਆਵੇ ਤੇ ਮੇਰੇ ਉਸਤਾਦ ਹਰੀ ਮੈਂ ਕਹਿੰਨਾ ਵਾਂ ਬੜਾ ਹੀ ਖੁਸ਼ ਹੁੰਦੇ ਸੀ ਪਰ ਮੇਰੇ ਸਾਹਮਣੇ ਖੁਸ਼ ਨਹੀਂ ਸੀ ਹੁੰਦੇ ਹੈ ਕਿਹੜੀ ਗੱਲਾਂ ਉਹ ਮੈਨੂੰ ਕਿਦੋਂ ਵੀ ਵੇਨੇ ਸੀ ਨਾ ਤੇ ਮੈਨੂੰ ਨਾ ਗੱਲਾਂ ਹੀ ਕਰਦੇ ਰਹਿੰਦੇ ਸੀ ਉਸਤਾਦ ਹਰੀ ਮੇਰੇ ਭਾਈ ਤੂੰ ਕੁਝ ਨਹੀਂ ਕੀਤਾ ਕੋਈ ਨਹੀਂ ਭਾਈ ਮੇਰੇ ਉਸਤਾਦ ਨਾ ਨੇ ਨਾ ਭਾਈ ਮਜ਼ੀਦ ਇਹ ਮੈਨੂੰ تسلیم ਕਰਾਇਆ ਯਾਰ ਤੂੰ ਪਹਵਾਨ ਨਹੀਂ ਹੈ ਤੇ ਮੈਂ ਮਜ਼ੀਦ ਮਿਹਨਤ ਕਰਦਾ ਰਿਹਾ ਯਾਰ ਮੇਰਾ ਉਸਤਾਦ ਕਦੀ ਨਾ ਕਦੀ ਮੰਨੇ ਕਦੀ ਕਦੀ ਮੰਨੇ ਤੇ ਇੱਕ ਟਾਈਮ ਉਹ ਆਇਆ ਵੇ ਫਿਰ ਮੇਰੇ ਉਸਤਾਦ ਨਾਨੀਆਂ ਕਿੰਨੀਆਂ ਦਿਲ ਦੀਆਂ ਤਾਂ ਸੀ ਮੈਂ ਆਪਣੇ ਉਸਤਾਦੀਆਂ ਫਿਰ ਉਹ ਪੂਰੀਆਂ ਕੀਤੀਆਂ ਨੇ ਇਹ ਇੱਕ ਸ਼ਹਾਦਤ ਪਚਾਰ ਨੂੰ ਮੈਂ ਕੁਸ਼ਤੀ ਸਿਆਲ ਕੋ ਢਾਈ ਤੇ ਮੇਰੇ ਉਸਤਾਦ ਨੇ ਆਖਿਆ ਮੇਰੇ ਦਿਲ ਦੀ ਤੂੰ ਖੁਆਇਸ਼ ਪੂਰੀ ਕਰ ਛੱਡੀ ਏ ਫਿਰ ਆਜ਼ਮ ਲੜਕੇ ਨੂੰ ਵੀ ਮੈਂ ਢਾਇਆ ਸੀ ਜਮਸ਼ੇਦ ਦਸਤੀ ਇਹਨਾਂ ਦੇ ਮੇਲੇ ਤੇ ਉਦੋਂ ਵੀ ਮੇਰੇ ਉਸਤਾਦ ਨਾਨਾ ਨੇ ਆਖਿਆ ਸੀ ਪਰ ਫਿਰ ਵੀ ਮੇਰੇ ਉਸਤਾਦ ਰਹੀ ਨਾ ਮੇਰੇ ਸਾਹਮਣੇ ਮੇਰੀ ਤਾਰੀਫ ਨਹੀਂ ਸੀ ਕਰਦੇ ਆ ਕਿਸੇ ਦੇ ਸਾਹਮਣੇ ਵਾਈ ਕਰਦੇ ਸੀ ਉਹ ਕਹਿੰਦੇ ਸੀ ਇਹ ਵਾਈ ਕੋ ਜੀਵਨ ਖੋਲਦਾ ਪਿਆ ਇਹ ਕਾਦਾ ਪੁਹਾਨ ਹੈ ਮਾਸ਼ਾਅੱਲਾ ਵੀ ਉਹ ਮਾਸ਼ਾਅੱਲਾ ਖੋਲਦੇ ਰਹੇ ਨੇ ਮਾਸ਼ਾਅੱਲਾ ਉਸਤਾਦ ਨਾਨੇ ਕਰੇ ਗੁਜਰਾਂ ਦੇ ਕਰੇ ਮਸ਼ਹੂਰ ਪਹਿਲਵਾਨ ਸਨ ਖਲੀਫਾ ਤਾਰਿਕ ਹੋ ਗਿਆ ਉਦੇ ਨਾਲ ਵੀ ਕੁਲੇ ਨੇ ਮੰਨੀ ਪਹਿਲਵਾਨ ਦੇ ਨਾਲ ਕੁਲੇ ਨੇ ਮੰਜੂ ਪਹਿਲਵਾਨ ਦੇ ਨਾਲ ਵੀ ਕੁਲੇ ਨੇ ਅਗੋ ਸਦੀਕਾ ਰੰਗ ਵਾਲਾ ਵੇ ਗੁਜਰਾਨੇ ਦਾ ਸਿਆਲਕੋਟ ਦਾ ਉਹਦੇ ਨਾਲ ਵੀ 우ਸਤਾਦ ਹਰੀ ਮੇਰੇ ਭਾਈ ਮਾਸ਼ਾਅੱਲਾ ਆ ਵੀ ਕੋਲਦੇ ਰਹੇ ਨੇ ਨਾ ਠੀਕ ਠੀਕ ਤੇ ਮਾਸ਼ਾਅੱਲਾ 우ਸਤਾਦ ਹਰੀ ਫਿਰ ਮੇਰੇ ਬਿਮਾਰ ਹੋ ਗਏ ਤੇ ਫਿਰ ਜ਼ਾਹਰੀ ਗੱਲ ਹੈ ਮੈਂ ਉਹਨਾਂ ਦੀ ਫਿਰ ਜ਼ੇਰੇ ਨਿਗਰਾਨੀ ਮਾਸ਼ਾਅੱਲਾ ਨਾ ਕੋਈ ਇੰਟਰਨੈਸ਼ਨਲ ਕੈਂਪੋ ਨਾ ਕੋਈ ਉਹ ਜੇ ਟੂਰ ਸ਼ੂਰ ਮੈਂ ਫਿਰ 우ਸਤਾਦ ਨਾਲ ਦੀ ਖਿਦਮਤ ਦੇ ਵਿੱਚ ਹੀ ਸਾਰਾ ਟਾਈਮ ਗੁਜ਼ਾਰ ਛੜਿਆ ਮੈਂ ਆਪਣੀ ਠੀਕ ਠੀਕ ਅੱਛਾ ਲੋਕ ਜ਼ਿਆਦਾਤਰ ਇਹ ਕੁਐਸਚਨ ਕਰਦੇ ਨੇ ਕਿ ਪਹਿ ਦਾ ਕਿਆ ਫੁਰਾਕੇ ਇਸਮਾਲ ਕਰਦਾ ਮੈਂ ਤਾਂ ਮਾਸ਼ਾਅੱਲਾ ਸਵੇਰ ਉੱਠ ਕੇ ਤੇ ਨਹਾਰ ਮੂੰਹ ਕਿਨਾਂ ਲਈਦਾ ਨਮਨਮੂਦ ਪਰ ਕੇ ਤੇ ਅਹੀ ਓਲਿਆਂ ਦਾ ਮਰਬਾ ਕਿ ਨੂੰ ਆਮਲਾ ਕਹਿੰਦੇ ਨੇ ਓਲਿਆਂ ਦਾ ਮਰਬਾ ਖਾਈਦਾ ਉਦੋਂ ਬਾਅਦ ਕਿਨਾਂ ਲਈਦਾ ਕੋਈ ਔਰਕ ਪੀਂਦਾ ਹੋਵੇ ਕੋਈ ਬੂਟੀਆਂ ਦਾ ਸੰਦਲਬੂਰਾ ਤੇ ਆਕਾਸ਼ਨੀ ਲਾਚੀ ਸਬਜ਼ ਤੇ ਇਨਾਬ ਇਹ ਵਈ ਦ੍ਰਿਕਸ਼ ਵਗੈਰਾ ਬਣਾਇਆ ਹੁੰਦਾ ਵੇ ਉਹ ਅਸੀਂ ਪਾਣੀ ਯੂਜ਼ ਕਰਨੇ ਉਦੋਂ ਬਾਅਦ ਫਿਰ ਬਦਾਮਾਂ ਬਦਾਮ ਸ਼ਦਾਮ ਵਈ ਪੀਵੀਦੇ ਨੇ ਤੇ ਉਦੋਂ ਬਾਅਦ ਫਿਰ ਜ਼ਾਹਰੀ ਗੱਲ ਹੈ ਗੋਸ਼ਤ ਹੁੰਦਾ ਨਾਲ ਦੁੱਧ ਵਗੈਰਾ ਹੁੰਦਾ ਵੇ ਇਹ ਇਹ ਸੀ ਕਿਨਾਂ ਦਾ ਰੁਟੀਨ ਦੇ ਨਾਲ ਕਰੀਏ ਨਾ ਡਾਇਟ ਇਹ ਹੀ ਹੁੰਦੀ ਹੈ ਕਿਨਾਂ ਦਾ ਦੁੱਧ گوشਤੀ ਹੁੰਦੀ ਹੈ ਜ਼ਿਆਦਾ ਠੀਕ ਠੀਕ ਔਰ ਸ਼ਗਿਰਦ ਕੌਣ ਕੌਣ ਸੇ ਹੈ ਆਪਕੇ ਜੋ ਅਗੇ ਮਜ਼ੀਦ ਪਲਵਾਨੀ ਕਰ ਰਹੇ ਮਾਸ਼ਾਅੱਲਾ ਮੈਂ ਹਲੇ ਆਪ ਸ਼ਗਿਰਦਾਂ ਮੈਂ ਮਾਸ਼ਾਅੱਲਾ ਹਲੇ ਕੋਈ ਸ਼ਗਿਰਦ ਨਹੀਂ ਭਾਈ ਪਾਇਆ ਮਾਸ਼ਾਅੱਲਾ ਸਾਡੇ ਕੋਲ ਆਫਤਾਬ ਬਾਟੇ ਮੁੰਡਾ ਮਾਸ਼ਾਅੱਲਾ ਇਹ ਬੜਾ ਚੰਗਾ ਕੋਲਦਾ ਪਿਆ ਮਦਸਰ ਤਯੇਬ ਮੁੰਡਾ ਇਹ ਕੋਲਦੇ ਨੇ ਪੇ ਅਹਿਮ ਦੇ ਰਿਹਾਨ ਨੇ ਤੇ ਅੱਗੋਂ ਮਾਮਾ ਗਖੜਾ ਲਾਵੇ ਉਹ ਵੇ ਖੋਲਦੇ ਪਏ ਨੇ ਮਾਸ਼ਾਅੱਲਾ ਕਾਫੀ ਕਿੰਨੇ ਨੇ ਸਾਡੇ ਕੋਲ ਮਾਸ਼ਾਅੱਲਾ 40 ਤੋਂ 45 ਮੁੰਡੇ ਮਾਸ਼ਾਅੱਲਾ ਟ੍ਰੇਨਿੰਗ ਵੀ ਕਰ ਰਹੇ ਨੇ ਤੇ ਮਾਸ਼ਾਅੱਲਾ ਇਨਸ਼ਾਅੱਲਾ ਇਹ ਵੀ ਇੰਟਰਨੈਸ਼ਨਲ ਖੋਲਣਗੇ ਮਾਸ਼ਾਅੱਲਾ ਜੀ ਇਨਸ਼ਾਅੱਲਾ ਜ਼ਰੂਰ ਔਰ ਪਹਿਲਵਾਨੋ ਕੋ ਔਰ ਗਵਰਨਮੈਂਟ ਕੋ ਕੀ ਪੈਗਾਮ ਦੇਣਾ ਚਾਹੀਦਾ ਮੈਂ ਤਾਂ ਗਵਰਨਮੈਂਟ ਨੂੰ ਇਹ ਪੈਗਾਮ ਦੇਣਾ ਚਾਹਨਾ ਵਾਂ ਇਹ ਕਿ ਇਹ ਮੰਗਹੀ ਹੈ ਇਹ ਵੇਖੋ ਨਾ ਇੱਕ ਮੈਂ ਕਹਿੰਦਾ ਪੈਟਰੋਲ ਏਡਾ ਮਹਿੰਗਾ ਹੋ ਗਿਆ ਵੇ ਕਿੰਨੇ ਮੁੰਡੇ ਸਾਡੇ ਕੋਲ ਦੂਰੋਂ ਆਂਦੇ ਨੇ ਜ਼ਾਹਰੀ ਗੱਲ ਹੈ ਪਟ્રોલ ਪਵਾ ਕੇ ਆਂਦੇ ਨੇ ਤੇ ਮੈਂ ਇਹ ਹਕੂਮਤ ਨੂੰ ਕਹਿਣਾ ਵਾਂ ਕਿੰਨੀ ਵੀ ਪਹਿਲਵਾਨੀ ਹੈ ਇਹਨੂੰ ਪ੍ਰਮੋਟ ਕਰੋ ਇਹਨੂੰ ਪ੍ਰਮੋਟ ਕਰਕੇ ਇੱਕ ਵੇਖੋ ਨਾ ক্রিকেট ਆ ਲੈ ਸਵਾਏ ਇਹਨਾਂ ਦਾ ਧਿਆਨ ਹੈ ਹੋਰ ਕਿ ਪਹਿਲਵਾਨੀਆਂ ਵਾਲੇ ਨਹੀਂ ਧਿਆਨ ਹੈ ਇਹ ਵੇਖੋ ਇੱਕ ਤੰਦਰੁਸਤੀ ਵਾਲਾ ਖੇਲ ਜੀ ਮਨਸ਼ਾਦ ਦੇ ਖਿਲਾਫ ਇੱਕ ਜਹਾਦ ਹੈ ਇੱਕ ਕਿਰਾਂ ਬੱਚੇ ਨੇ ਪਹਿਲਵਾਨੀ ਕਰਨੀ ਉਹਨੇ ਨਾ ਸਿਰਗੜ ਪੀਣਾ ਨਾ ਕੋਈ ਹੋਰ ਉਹਨੇ ਕੰਮ ਕਰਨਾ ਵੇ ਸਹੀ ਸਹੀ ਤੇ ਮੈਂ ਇਹ ਹਕੂਮਤ ਨੂੰ ਕਹਿਣਾ ਵਾਂ ਕਿ ਇਹ ਨਾ ਪਹਿਲਵਾਨੀ ਦੇ ਕਿੰਨੇ ਵੀ ਇਵੈਂਟ ਹੋਣਗੇ ਨਾ ਇਹ ਮਨਸ਼ਾਤ ਹਸਪਤਾਲ ਇਵਰਾਨ ਹੋ ਜਾਣਗੇ ਤੇ ਮੈਂ ਗਵਰਨਮੈਂਟ ਦੇ ਅੱਗੇ ਇਹ ਪੀਲ ਕਰਨਾ ਵਾਂ ਫੰਨੇ ਪਹਿਲਵਾਨਾਂ ਲਈ ਵੀ ਧਿਆਨ ਦਿਵੋ ਇੰਡੀਆ ਦੇ ਵਿੱਚ ਮੈਂ ਗਿਆ ਵਾਂ 2014 ਦੇ ਵਿੱਚ ਤੇ ਮੈਂ ਕਹਿੰਨਾ ਪਿਆ ਵਾਂ ਉੱਥੇ ਹਰ ਖੇਲ ਨੂੰ ਕਿੰਨਾ ਲਈ ਦਾ ਉਹ ਧਿਆਨ ਦਿੰਦੇ ਨੇ ਤੇ ਤੇ ਅੱਜ ਵੇਖੋ ਪਹਿਲਵਾਨੀ ਸਾਡੇ ਤੋਂ ਅੱਜ ਤੋਂ 335 ਸਾਲ ਪਿੱਛੇ ਲਗੇ ਜਿਵੇਂ ਤੇ ਸਾਡੀ ਪਹਿਲਵਾਨੀ ਪਾਕਿਸਤਾਨ ਦੀ ਇੰਡੀਆ ਨਾਲੋਂ ਤਗਰੀ ਸੀ ਅੱਜ ਵੇਖੋ ਅਸੀਂ ਪਾਕਿਸਤਾਨ ਕਿਹੜਾ ਇੰਡੀਆ ਤੋਂ ਟੇਰ ਪਿੱਛੇ ਟੁਰ ਗਿਆ ਵੇ ਕੀ ਇਹ ਸਾਨੂੰ ਉਹ ਫੈਸਿਲਟੀਆਂ ਨਹੀਂ ਲੱਭੇ ਪੀਆਂ ਪਿਆ ਹੋਇਆ ਸਾਡਾ ਵੇਖੋ ਕਿਹੜਾ ਪਾਕਿਸਤਾਨ ਕੈਂਪ ਹੈ ਸਾਨੂੰ ਕਿਹੜੀ ਪਾਕਿਸਤਾਨ ਫੈਡਰੇਸ਼ਨ ਹੈ ਉਹਨੂੰ ਸਾਲ ਦਾ ਬਜਟ ਕਿੰਨਾ ਦਾ 18 ਤੋਂ 20 ਲੱਖ ਰੁਪਈਆ ਲੱਭਦਾ ਪਿਆ ਵੇ ਉਹਨਾਂ ਦਾ ਇੱਕ ਇੱਕ ਪਲੇਅਰ ਕਿੰਨਾ ਲੀਦਾ ਮੈਂ ਕਹਣਾ ਪਿਆ ਮਹੀਨੇ ਦੇ ਵਿੱਚ 18 18 20-20 ਲੱਖ ਰੁਪਈਆ ਕਮਾ ਲੈਂਦਾ ਵੇ ਕਿੰਨੇ ਜ਼ਿਆਦਾ ਇਵੈਂਟ ਹੋਣਗੇ ਉਹਨੀ ਪੁਹਾਨੀ ਵਧੇਗੀ ਤਹਿਆ ਸਾਡੇ ਵੇਖੋ ਆਰਮੀ ਦੇ ਕਿਰੇ ਕੋਚ ਨੇ ਸਾਡੇ ਕਿਨਾਂ ਦਾ ਨਾਇਬ ਸੁਬੇਦਾਰ ਅਬਦੁਲ ਮਜੀਦ ਸਾਹਿਬ ਇਹ ਸਾਨੂੰ ਕੋਚਿੰਗ ਟ੍ਰੇਨਿੰਗ ਕਰਾਉਂਦੇ ਨੇ ਪੇ ਜ਼ਾਹਰੀ ਗੱਲ ਇਹ ਕਿੰਨੀਆਂ ਕੈਡਮੀਆਂ ਨੇ ਹਕੂਮਤ ਨੂੰ ਚਾਹੀਦਾ ਇਹਨਾਂ ਦੇ ਵਜ਼ੀਫੇ ਲੱਗੇ ਜਾਣ ਜੀ ਜੀ ਇਹਨਾਂ ਦਾ ਕੋਈ 50 ਹਜ਼ਾਰ ਲੱਖ ਰੁਪਈਆ ਵਜ਼ੀਫੇ ਲੱਗੇ ਜਾਣ ਜਿਵੇਂ ਇੰਡੀਆ ਦੇ ਵਿੱਚ ਲੱਗੇ ਨੇ ਕੈਡਮੀਆਂ ਦੇ ਨੇ ਵਜ਼ੀਫੇ ਲੱਗੇ ਨੇ ਅੱਥੋਂ ਹੀ ਬੱਚੇ ਤਿਆਰ ਹੋ ਕੇ ਇੰਟਰਨੈਸ਼ਨਲ ਜਾਂਦੇ ਨੇ ਮੈਂ ਇਹ ਹਕੂਮਤ ਨੂੰ ਫਿਰ ਅਪੀਲ ਕਰਨਾ ਵਾ ਕਿ ਰੀਆਂ ਮੰਗਈਆਂ ਤੇ ਵੀ ਗੌਰ ਕੀਤਾ ਜਾਵੇ ਇਹਦੇ ਉੱਲ ਵੀ ਧਿਆਨ ਕੀਤਾ ਜਾਵੇ ਕਿ ਰੀਆਂ ਪਾਕਿਸਤਾਨ ਦੇ ਵਿੱਚ ਨੇ ਕਿ ਨ ਅਕੈਡਮੀਆ ਨੇ ਡਿਸਟਰ ਨੇ ਪਾਕਿਸਤਾਨ ਲੈਵਲ ਦੇ ਉਤੇ ਉਹਨਾਂ ਦੇ ਵਜ਼ੀਫੇ ਲੱਗੇ ਜਾਣ ਉਹਨਾਂ ਦੇ ਕਰੇ 우ਸਤਾਦ ਖਲੀਫ ਨੇ ਉਹਨਾਂ ਦੇ ਵਜ਼ੀਫੇ ਲੱਗਣ ਉਹ ਬੱਚਿਆਂ ਨੂੰ ਤਿਆਰ ਕਰਕੇ ਇੰਟਰਨੈਸ਼ਨਲ ਲੈ ਕੇ ਜਾਣ सही सही और हम भी गवर्नमेंट से यही अपील करते हैं कि ज़्यादा से ज़्यादा वो इवेंट कराएं ताकि जितने ज़्यादा दंगा लोंगे इन पलवानों की हौसला अफजाई होगी और इनका रोज़गार भी बढ़ेगा और महंगाई को भी कंट्रोल करें और स्पोर्ट्स पर दूसरी स्पोर्ट्स पर भी तवज्जो दें जैसे क्रिकेट के अलावा बाकी सारी स्पोर्ट्स हो गई उन पर भी तवज्जो दें कबड्डी और कुश्ती हो गई तो इससे ये होगा कि पाकिस्तान का परचम पूरी दुनिया में बुलंद होगा अभी इंडिया की पलवानी देखें ना ओलंपिक में भी उनके मेडल्स आ रहे हैं ਉਹ ਵੀ ਪਹਿਲਵਾਨੀ ਮੇ ਤਾਂ ਅਗਰ ਇਨ ਕੀ ਵੀ ਵੈਸੇ ਹੀ ਸਪੋਰਟ ਕੀ ਜਾਏਗੀ ਤਾਂ ਇਨਸ਼ਾਅੱਲਾ ਇਹ ਵੀ ਜ਼ਰੂਰ 올림픽 ਮੇ ਨਾ ਪਾਕਿਸਤਾਨ ਕਾ ਮੈਡਲ ਜ਼ਰੂਰ ਲੈ ਕੇ ਰਾਂਗੇ ਜੀ ਅਸਲਾਮੁਅਲੈਕਮ ਸਾਰੇ ਦੋਸਤਾਂ ਭਾਈਆਂ ਨੂੰ ਜੀ ਮਾਸ਼ਾਅੱਲਾ ਜੀ ਇਹ ਪਹਿਲਵਾਨ ਸਾਡੇ ਕੋਲ ਤਕਰੀਬਨ ਮੇਰੇ ਅੰਦਰ 20 ਕੋ ਸਾਲ ਹੋ ਗਏ ਨੇ ਇਹ ਜ਼ੋਰ ਕਰਦਾ ਵਾ ਛੋਟਾ ਜਿਹਾ ਬੱਚਾ ਸੀ ਜਦੋਂ ਆਇਆ ਬਿਲਕੁਲ ਤੇ ਇਹ ਵਾਲਾ ਸਾਹਿਬ ਦੀ ਮਿਹਰਬਾਨੀ ਮਿਹਨਤ ਸਾਰੀ ਇਹ ਬੜਾ ਤਾਬਿਆਦਾਰ ਮਾਸ਼ਾਅੱਲਾ ਸ਼ਾਗਿਰਦ ਸੀ ਜੀ ਵਾਲਾ ਸਾਹਿਬ ਦਾ ਇਹ ਤਕਰੀਬਨ ਹੈ ਐਸੀ ਕੋਈ 6-7 ਸਾਲ ਦਾ ਹਾਂ 7 ਕੁ ਸਾਲ ਦਾ ਸੀ ਤੇ ਉਦੋਂ ਦਾ ਜ਼ੋਰ ਕਰਦਾ ਪਿਆ ਕੁਸ਼ਤੀਆਂ ਮਾਸ਼ਾਅੱਲਾ ਜੀ ਪਾਕਿਸਤਾਨ ਦੇ ਤਕਰੀਬਨ ਸਾਰੇ ਪਹਿਲਵਾਨਾਂ ਨਾਲ ਹੀ ਇਹਨਾਂ ਦੀ ਕੁਸ਼ਤੀ ਹੋਈ ਹੈ ਜਿਨ੍ਹਾਂ ਜੋ ਆਪਣਾ ਸ਼ਹਜ਼ਾਦ ਪਚਾਰ ਅਲੀ ਨੇ ਤਰੇ ਭਰਾਓ ਨੇ ਉਹਨਾਂ ਨਾਲ ਇਹ ਕੁ ਲੈਨੇ ਉਸ ਤੋਂ ਬਾਅਦ ਆਪਣਾ ਇਸਾਵਲ ਚਖੜਨਾ ਕੁ ਲੈਨੇ ਆ ਸਮੋਚੀ ਆ ਸਮੋਚੀ ਨਾਲ ਕੁ ਲੈਨੇ ਉਮੈਰ ਉਮੈਰ ਡੇਰੇ ਵਾਲੇ ਨਾਲ ਕੋਲੇ ਨੇ ਉਸ ਤੋਂ ਬਾਅਦ ਆਪਣਾ ਆਜ਼ਮ ਲੁੜਕੇ ਨਾਲ ਕੋਲੇ ਨੇ ਤਕਰੀਬਨ ਪਾਕਿਸਤਾਨ ਦੇ ਸਾਰੇ ਜਿਹੜੇ ਨਾਮਵਰ ਪਹਿਲਵਾਨ ਨੇ ਉਹਨਾਂ ਵੈਸ ਟੈਰਾਂ ਵਾਲੇ ਨਾਲ ਕੋਲੇ ਨੇ ਠੀਕ ਹੈ ਜੀ ਸਾਰੇ ਪਹਿਲਵਾਨਾਂ ਨਾਲ ਮਾਸ਼ਾਅੱਲਾ ਇਹਨਾਂ ਦੀਆਂ ਕੁਸ਼ਤੀਆਂ ਹੋਈਆਂ ਨੇ ਤੇ ਸਾਰਿਆਂ ਨੂੰ ਇਹਨਾਂ ਵਿਨ ਵੀ ਕੀਤਾ ਹੋਵੇ ਮਾਸ਼ਾਅੱਲਾ ਜੀ ਉਸਤਾਦ ਰਹੀ ਮਾਸ਼ਾਅੱਲਾ ਜੀ ਇਹ ਸਾਡੇ ਕੋਚ ਨੇ ਵਾਲਾ ਸਾਹਿਬ ਤੋਂ ਬਾਅਦ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ ਤੇ ਨਾਲ ਆਪ ਵੀ ਡਿਊਟੀ ਦੇਈ ਦੀ ਹੈ ਠੀਕ ਹੈ ਜੀ ਜ਼ਿੰਮੇਦਾਰੀ ਜਿਹੜੀ ਅਸੀਂ ਕੋਸ਼ਿਸ਼ ਕਰਨੇ ਆਪੇ ਕਿ ਵਾਲਦ ਸਾਹਿਬ ਦਾ ਨਾਮ ਜਿਹੜਾ ਉਹ ਉਹ ਹਮੇਸ਼ਾ ਜਿਹੜਾ ਉਹ ਜ਼ਿੰਦਾ ਰਹੇ ਇਨਸ਼ਾਅੱਲਾ ਤੇ ਇਹ ਪਹਿਲਵਾਨਾਂ ਨੂੰ ਇਸ ਵਾਸਤੇ ਜ਼ੋਰ ਕਰਵਾ ਰਹੇ ਆਂ ਜੀ ਆਪ ਡਿਊਟੀ ਦੇ ਰਹੇ ਆਂ ਨਾਲ ਅਸਲਾਮੁਅਲੈਕਮ ਮੇਰਾ ਨਾਮ ਉਸਤਾਜ ਮਜੀਦ ਪਹਿਲਵਾਨੇ ਮੈਂ ਆਰਮੀ ਦੀ ਨੌਕਰੀ 30 ਸਾਲ ਕਰਕੇ ਆਇਆ ਰਿਟਾਇਰ ਹੋ ਗਿਆ ਹੁਣ ਮੈਂ ਹੁਣ ਮੈਂ ਇਨਸ਼ਾਅੱਲਾ ਤਾਲਾ ਉਸਤਾਜ ਲਿਆਕਤ ਬਾਦੂ ਫੌਤ ਹੁਣ ਤੋਂ ਬਾਅਦ ਇਨਸ਼ਾਅੱਲਾ ਤਾਲਾ ਮੈਂ ਹੁਣ ਇੱਥੇ ਆਪਣੀ ਡਿਊਟੀ ਦੇ ਰਿਹਾ ਔਰ ਇਨਸ਼ਾਅੱਲਾ ਤਾਲਾ ਪਹਿਲਵਾਨ ਮੇਰੇ ਇੱਕ ਇਸ਼ਕ ਹੈ ਯਾਨੀ ਕਿ ਮੈਨੂੰ ਲਗਨ ਹੈ ਪਹਿਲਵਾਨੀ ਨਾਲ ਤੇ ਮੈਨੂੰ ਇਹ ਲਗਨ ਮਿਲਿਆ ਅਦਨਾਨ ਟੈਰਾਂ ਵਾਲੇ ਕੋਲੋਂ ਯਾਨੀ ਕਿ ਜਿਸ ਤਰ੍ਹਾਂ ਮੇਰੇ ਅੰਦਰ ਜਨੂੰਨ ਸੀ ਪਹਿਲਵਾਨੀ ਦਾ ਉਸੇ ਤਰ੍ਹਾਂ ਇਹਦੇ ਅੰਦਰ ਵੀ ਜਨੂੰਨ ਹੈ ਔਰ ਇਨਸ਼ਾਅੱਲਾ ਤਾਲਾ ਇਹ ਪਾਕਿਸਤਾਨ ਦੇ ਮੇਨ ਪਹਿਲਵਾਨਾਂ ਨਾਲ ਜਿਹੜੇ ਵੱਡੇ ਪਹਿਲਵਾਨ ਨੇ ਸਾਰੇ ਫਰਿਸ ਨੇ ਉਹਨਾਂ ਨਾਲ ਲੜਿਆ ਮੁਕਾਬਲਾ ਕੀਤਾ ਔਰ ਇਨਸ਼ਾਅੱਲਾ ਤਾਲਾ ਉਹਨਾਂ ਨੂੰ ਜਿੱਤਿਆ ਹੁਣ ਫਿਰ 19 ਤਰੀਕ ਨੂੰ ਆਸਮੋਚ ਨੇ ਦੀ ਕੁਸ਼ਤੀ ਹੈ ਇਸ ਤੋਂ ਇਲਾਵਾ ਔਰ ਵੀ ਮੁਖਤਲਫ ਨਾਦਰ ਡਾਰ ਨਾਲ ਮਨਸਮ ਨਿਆਜ਼ੀ ਨਾਲ ਕੁਸ਼ਤੀ ਹੈ ਦੀ ਬਾਸਤ ਮਾੜੇ ਨਾਲੇ ਦੀ ਕੁਸ਼ਤੀ ਹੈ ਮਾਰਜ ਦੇ ਮਹੀਨੇ ਯਾਨੀ ਕਿ ਪੂਰਾ ਮਹੀਨਾ ਹੀ ਬੁੱਕ ਨੇ ਤੇ ਅੱਲਾਹ ਤਾਲਾ ਦੇ ਫਜ਼ਲ ਨੂੰ ਮਿਹਨਤ ਕਰ ਰਿਹਾ ਇਨਸ਼ਾ ਅੱਲਾਹ ਤਾਲਾ ਦਿਨ ਰਾਤ ਇੱਜ਼ਤ ਜੱਲਾ ਤਾਲਾ ਤਾਲਾ ਕੋਲੇ ਜਿਹਨੇ ਮਿਹਨਤ ਕਰਨੀ ਹੈ ਉਹਨੂੰ ਵੀ ਅੱਲਾਹ ਤਾਲਾ ਨੇ ਮਿਹਨਤ ਦਾ ਸਲਾ ਦੇਣਾ ਹੈ ਤੇ ਔਰ ਸਾਸੀ ਇਨਸ਼ਾ ਅੱਲਾਹ ਤਾਲਾ ਉਸਤਾਦ ਲਾਕਤ ਬਾਜੂ ਦਾ ਸ਼ੌਕ ਜਬ ਤੱਕ ਜ਼ਿੰਦਾ ਇਨਸ਼ਾ ਅੱਲਾਹ ਤਾਲਾ ਪੂਰਾ ਕਰਾਂਗੇ ਇਨਸ਼ਾ ਅੱਲਾਹ ਤਾਲਾ